ਸੋ ਆ ਦੇਖੋ ਨਾ ਤੁਸੀਂ ਸ਼ੂ ਦੇ ਵਿੱਚ ਵੀ ਵੈਰਾਈਟੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਇਹੋ ਜਿਹੇ ਮਾਡਲ ਕਿਤੇ ਨਹੀਂ ਮਿਲਣੇ ਹੈਗੇ ਤੁਸੀਂ ਬਹੁਤ ਸਾਰੇ ਸਟੋਰਾਂ ਤੇ ਜਾਂਦੇ ਆ ਪਰ ਤੁਹਾਨੂੰ ਇਹੋ ਜਿਹੇ ਆਰਟੀਕਲ ਨਹੀਂ ਮਿਲਣੇ ਸਾਰਾ ਕੁਝ ਚੈੱਕ ਕਰੋ ਨਾ ਤੁਹਾਨੂੰ ਅਸੀਂ ਲਗਜ਼ਰੀ ਚੀਜ਼ਾਂ ਬਹੁਤ ਟੌਪ ਚੀਜ਼ਾਂ ਇਦਾਂ ਦੇ ਤੁਸੀਂ ਘੜੀਆਂ ਬਹੁਤ ਅਮੀਰ ਲੋਕਾਂ ਦੇ ਗੋਟਾਂ ਦੇ ਲੱਗੀਆਂ ਦੇਖੀਆਂ ਹੋਣੀਆਂ ਜਾਂ ਤੁਸੀਂ ਫਿਲਮਾਂ 'ਚ ਦੇਖੀਆਂ ਹੋਣੀਆਂ ਜਾਂ ਬੈਲਟ ਦੀ ਪੈਕਿੰਗ ਹੀ ਤੁਸੀਂ ਚੈੱਕ ਕਰ ਲਓ ਕਿੰਨੀ ਸੋਹਣੀ ਪੈਕਿੰਗ ਹੈਗੀ ਹੈ ਨਾ ਜੇ ਲੇਡੀਜ਼ ਵਾਚ ਦੀ ਗੱਲ ਕਰੀਏ ਲੇਡੀਜ਼ ਵਾਚ ਵੀ ਸਾਡੇ ਕੋਲ ਅਵੇਲੇਬਲ ਹੈ ਤੇ ਲੇਡੀਜ਼ ਬੈਲਟ ਵੀ ਅਵੇਲੇਬਲ ਹੈ ਫਿਰ ਦੁਬਈ ਮਾਲ ਵਾਲੀਆਂ ਇਹ ਤਾਂ ਹੋ ਗਿਆ 15-15-20 ਹਜ਼ਾਰ ਰੁਪਏ ਦੀ ਟੀ-ਸ਼ਰਟ ਆ ਇੰਨੇ ਦੀ ਕੋਈ ਹੈ ਹੀ ਨਹੀਂ ਜੀ ਜਿੰਨੇ ਉੱਤੇ ਦੀ ਇੱਕ ਆ ਨਹੀਂ ਸਾਡੇ ਕੋਲ 10 ਲੈ ਲਓ ਉਦਾਂ ਦੀਆਂ ਸਵਾਹ ਨਾ ਪੰਜਾਬ ਦੀ ਪਹਿਲੀ ਦੁਕਾਨ ਆ ਜਿੱਥੇ ਕਹਿੰਦੇ ਆ ਵੀ ਤੁਹਾਨੂੰ ਗਰਮੀਆਂ ਦੇ ਨਾਲ ਨਾਲ ਸਰਦੀਆਂ ਦੀਆਂ ਜੈਕਟਾਂ ਹੀ ਮਿਲਦੀਆਂ ਹੈਗੀਆਂ ਜਿੰਨੀ ਮਰਜ਼ੀ ਠੰਡ ਹੋਵੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਨਾ ਠੰਡ ਨਹੀਂ ਲੱਗਣ ਦੋਗੇ ਆ ਦੇਖੋ ਜੈਕਟਾਂ ਦੇ ਵਿੱਚ ਦੇਖੋ ਤੁਸੀਂ ਹੈ ਨਾ ਇਹ ਤਾਂ ਜਿਵੇਂ ਹੈ ਨਾ ਹਾਲੀਵੁੱਡ ਦੇ ਵਿੱਚ ਯੋ-ਯੋ ਹਨੀ ਸਿੰਘ ਉਹਨਾਂ ਨੇ ਪਾਈਆਂ ਹੁੰਦੀਆਂ ਉਹੋ ਜਿਹੀਆਂ ਤੁਹਾਨੂੰ ਅਸੀਂ ਸ਼ਰਟਾਂ ਦਿਖਾ ਰਹੇ ਹਾਂ ਡਾਊਨ ਸ਼ੋਲਡਰ ਸ਼ਰਟ ਆਏਗਾ ਆਹ ਦੇਖੋ ਜੀ ਆਹ ਦੇਖੋ ਨਾ ਹੈਰਾਨ ਹੁੰਦੇ ਹੋਣੇ ਜਿਹਨੀ ਪਹਿਲੀ ਵਾਰੀ ਡਾਊਨ ਸ਼ੋਲਡਰ ਸੁਣਿਆ ਹੋਣਾ ਨਾ ਅਸੀਂ ਤਾਂ ਮੇਰਾ ਦੇਖੀ ਉਦਾਂ ਪਹਿਲੀ ਵਾਰੀ ਆ ਜਿਹੜੇ ਬਹੁਤ ਅਮੀਰ ਘਰਾਂ ਦੇ ਮੁੰਡੇ ਹੈਗੇ ਆ ਉਹਨਾਂ ਨੇ ਇਹੋ ਜਿਹੇ ਕੱਪੜੇ ਪਾਏ ਹੁੰਦੇ ਆ ਪਰ ਹੁਣ ਭਾਵੇਂ ਤੁਸੀਂ ਕਿਸੇ ਪਿੰਡ ਤੋਂ ਵੀ ਹੈਗੇ ਆ ਕਿਸੇ ਸ਼ਹਿਰ ਤੋਂ ਵੀ ਹੈਗੇ ਆ BMS ਫੈਸ਼ਨ ਨੇ ਤੁਹਾਡੇ ਲਈ ਲਗਜ਼ਰੀ ਕੱਪੜੇ ਲਿਆਂਦੇ ਆ ਦਿੱਲੀ ਬੰਬੇ ਵਾਲੇ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਕੁੜੀਆਂ ਦੇ ਲਈ ਵੀ ਟੌਪ ਤੁਸੀਂ ਲੈ ਲਓ ਇੱਥੋਂ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਤੁਸੀਂ ਟਰੈਕ ਸੂਟ ਲੈਣੇ ਟੀ ਸ਼ਰਟਾਂ ਲੈਣੀਆਂ ਤੁਸੀਂ ਲੈਣੀਆਂ ਹੈਗੀਆਂ ਇੱਥੋਂ ਡਰੈਸਸ ਲੈਣੀਆਂ ਹਰ ਇੱਕ ਵਰਾਈਟੀ ਤੁਸੀਂ ਕਿਤੇ ਬਾਹਰ ਜਾਣਾ ਹੈਗਾ ਘੁੰਮਣ ਫਿਰਨ ਹੈ ਨਾ ਤੁਹਾਨੂੰ ਲੱਗਦਾ ਵੀ ਤੁਸੀਂ ਇਹੋ ਜਿਹੇ ਵੀ ਚੀਜ਼ਾਂ ਲੈਣੀਆਂ ਉੱਚੀ ਅੱਡੀ ਵਾਲੀਆਂ ਹੈ ਨਾ ਸੋ ਬੈਗ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਤੁਸੀਂ ਕੁੜੀਆਂ ਲਈ ਵੀ ਹੈ ਨਾ ਜੈਕਟਾਂ ਲੈਣੀਆਂ ਹੈਗੀਆਂ ਵਿੰਟਰ ਦੇ ਵਿੱਚ ਆਹ ਵੀ ਲੈ ਲਓ ਮਤਲਬ ਇੱਥੇ ਮੁੰਡਿਆਂ ਕੁੜੀਆਂ ਦੇ ਲਈ ਤੁਸੀਂ ਗਰਮੀਆਂ ਵਾਲੇ ਕੱਪੜੇ ਵੀ ਲੈ ਸਕਦੇ ਆ ਤੁਸੀਂ ਸਰਦੀਆਂ ਵਾਲੇ ਕੱਪੜੇ ਵੀ ਲੈ ਸਕਦੇ ਆ ਬਹੁਤ ਤੁਹਾਡੇ ਵੀਜ਼ੇ ਲੱਗ ਗਿਆ ਤੁਸੀਂ ਬਾਹਰਲੇ ਮੁਲਕਾਂ ਜਾਂਦੇ ਤੁਹਾਨੂੰ ਟਰੈਵਲ ਬੈਗ ਦੀ ਬੜੀ ਲੋੜ ਪੈਂਦੀ ਆ ਦੇਖੋ ਨਾ ਟਰੈਵਲ ਬੈਗ ਵੀ ਤੁਹਾਨੂੰ ਦੇਖੋ ਕਿੰਨੇ ਲਗਜ਼ਰੀ ਅਸੀਂ ਦਿਖਾ ਰਹੇ ਆ ਤੁਹਾਨੂੰ ਇੱਥੇ ਛੋਟੇ ਸਾਈਜ਼ ਵੀ ਮਿਲ ਜਾਂਦੇ ਆ ਵੱਡੇ ਸਾਈਜ਼ ਮਿਲ ਜਾਂਦੇ ਆ ਦੇਖੋ ਆ ਹਰਿਆਣੇ 'ਚ ਜਾ ਰਿਹਾ ਹੈਗਾ ਆ ਆਹ ਤੁਸੀਂ ਚੈੱਕ ਕਰ ਲਓ ਵੱਖੋ ਵੱਖਰੇ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਾਂ ਆਹ ਦੇਖੋ ਆ ਮੁੰਬਈ ਜਾ ਰਿਹਾ ਮਤਲਬ ਬੰਬੇ ਤੱਕ ਵੀ ਜਲੰਧਰ ਤੋਂ BMS ਫੈਸ਼ਨ ਤੇ ਕੱਪੜਾ ਜਾ ਰਿਹਾ ਇਹੋ ਜਿਹੇ ਕੱਪੜੇ ਜਾਂ ਤੁਹਾਨੂੰ ਚੰਡੀਗੜ੍ਹ ਅਲੈਂਟੇ ਮਾਲ ਤੋਂ ਮਿਲਣੇ ਆ ਜਾਂ ਦਿੱਲੀ ਤੋਂ ਮਿਲਣੇ ਆ ਜਾਂ ਦੁਬਈ ਮਾਲ ਚੋਂ ਮਿਲਣੇ ਆ ਇਹੋ ਜਿਹੇ ਆਰਟੀਕਲ ਤੁਹਾਨੂੰ ਆਮ ਦੁਕਾਨਾਂ ਤੇ ਸ਼ੋਰੂਮਾਂ ਤੇ ਨਹੀਂ ਮਿਲਣੇ ਸੋ ਲਓ ਜੀ ਸਾਰੇ ਪੰਜਾਬ 'ਚ ਰੌਲਾ ਪਿਆ ਕਹਿੰਦੇ BMS ਫੈਸ਼ਨ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਕੱਪੜੇ ਮਿਲਦੇ ਆ ਅੱਜ ਆਪਾਂ ਦੇਖਣਾ ਆ ਇਹ ਰੌਲਾ ਹੀ ਆ ਕਿ ਸੱਚੀ ਮਿਲਦੇ ਆ ਭਾਜੀ ਸਾਰੇ ਪਾਸੇ ਤੁਸੀਂ ਰੌਲਾ ਪਾਤਾ ਸੋਸ਼ਲ ਮੀਡੀਆ ਸਾਰਾ ਹੀ ਤੁਸੀਂ ਭਰਤਾ ਵੀ ਸਾਡੇ ਕੋਲੋਂ ਕੈਨੇਡਾ ਵਾਲੇ ਕੱਪੜੇ ਲੈ ਜਾਓ ਅਮਰੀਕਾ ਇੰਗਲੈਂਡ ਵਾਲੇ ਹੁਣ ਬਾਹਰੋਂ ਕੱਪੜੇ ਮੰਗਾਉਣ ਦੀ ਲੋੜ ਨਹੀਂ ਕੱਪੜੇ ਹੈਗੇ ਵੀ ਹੈ ਕਿ ਸਿਰਫ ਰੌਲਾ ਹੀ ਆ ਤੁਹਾਡਾ ਮੈਂ ਕਿਹਾ ਰੌਲਾ ਕੋਈ ਨਹੀਂ ਆ ਤੁਹਾਨੂੰ ਸਾਰੇ ਆਪਾਂ ਕੱਪੜੇ ਦਿਖਾਉਂਦੇ ਆ ਅੱਜ ਚੈੱਕ ਕਰੋ ਜੀ ਸਾਡੇ ਕੋਲ ਕੀ ਕੱਪੜੇ ਪਏ ਆ ਤੁਹਾਨੂੰ ਇੱਕ ਸਿੰਗਲ ਪੀਸ ਚੈੱਕ ਕਰਾਵਾਂਗੇ ਤੁਸੀਂ ਕਿੱਦਾਂ ਕਹਿ ਸਕਦੇ ਕਿ ਰੌਲਾ ਪਿਆ ਗਿਆ ਜਾਂ ਮੂਰਖ ਬਣਾਤਾ ਤੁਸੀਂ ਕਦੇ ਘੁੰਮੇ ਹੋ ਫੋਰਨ ਵਗੈਰਾ ਕਿਸੇ ਕੰਟਰੀ ਘੁੰਮੇ ਹੋ ਬਹੁਤ ਜਗ੍ਹਾ ਗਏ ਮੈਂ ਸਾਲ 'ਚ ਦੋ ਵਾਰੀ ਜਾਂਦਾ ਬਾਹਰਲੀਆਂ ਕੰਟਰੀ ਦੁਬਈ ਮੋਲ ਗਏ ਤੁਸੀਂ ਬਿਲਕੁਲ ਗਏ ਆ ਉੱਥੇ ਦੇਖੇ ਇਦਾਂ ਦੇ ਬ੍ਰਾਂਡ ਉੱਥੇ ਕਦੇ ਦੇਖੇ ਚੈੱਕ ਕੀਤੇ ਇਦਾਂ ਦੇ ਬ੍ਰਾਂਡ ਤੁਸੀਂ ਕਿੰਨੇ ਮਹਿੰਗੇ ਮਿਲਦੇ ਆ ਤੇ ਸਾਡੇ ਕੋਲ ਮਿਲਦੇ ਰੀਜ਼ਨੇਬਲ ਰੇਟ 'ਚ ਇਹ ਸਾਡੇ ਕੋਲ ਦੁਬਈ ਮੋਲ ਵਾਲਾ ਸਮਾਨ ਸਾਰਾ ਪਿਆ ਸਾਰਾ ਮੈਂ ਕਿਹਾ ਤੁਸੀਂ ਚੈੱਕ ਕਰ ਲਓ ਜੇਕਰ ਤੁਸੀਂ ਗਏ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਾ ਕੁਝ ਪਰ ਭਾਜੀ ਆ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਇਹ ਤਾਂ ਫਿਰ ਦੁਬਈ ਮੋਲ ਵਾਲੀਆਂ ਇਹ ਤਾਂ ਹੋ ਗਿਆ 15-15-20 ਹਜ਼ਾਰ ਰੁਪਏ ਦੀ ਟੀ-ਸ਼ਰਟ ਆ ਇੰਨੇ ਦੀ ਕੋਈ ਹੈ ਹੀ ਨਹੀਂ ਜੀ ਸਾਡੇ ਕੋਲ ਇਸ ਤੋਂ ਸਸਤਾ ਹੀ ਹੈਗੀ ਜੀ ਜਿੰਨੇ ਉੱਤੇ ਦੀ ਇੱਕ ਆ ਨਹੀਂ ਸਾਡੇ ਕੋਲ 10 ਲੈ ਲਓ ਉਦਾਂ ਦੀਆਂ ਜੀ ਆਹ ਚੈੱਕ ਕਰੋ ਜੀ ਆਹ ਦੇਖੋ ਜੀ ਆਹ ਪੀਸ ਚੈੱਕ ਕਰੋ ਆਹ ਚੈੱਕ ਕਰੋ ਪੀਸ ਤੁਹਾਨੂੰ ਹੋਰ ਵੀ ਵੈਰਾਈਟੀ ਚੈੱਕ ਕਰਾਣੇ ਆਹ ਦੇਖੋ ਜੀ ਆਹ ਚੀਜ਼ ਚੈੱਕ ਕਰੋ ਆਹ ਦੇਖੋ ਜੀ ਵੈਰਾਈਟੀ ਸਾਡੇ ਕੋਲ ਕਾਫੀ ਅਵੇਲੇਬਲ ਹੈ ਟੀ-ਸ਼ਰਟਾਂ ਵਿੱਚ ਇਹ ਵੀ ਤੁਹਾਨੂੰ ਕਿੰਨੀਆਂ ਮਹਿੰਗੀ ਮਿਲਣੀ ਤੇ ਸਾਡੇ ਕੋਲ ਇੱਕਦਮ ਰੀਜ਼ਨੇਬਲ ਰੇਟਾਂ 'ਚ ਅਵੇਲੇਬਲ ਆ ਚੈੱਕ ਕਰੋ ਜੀ ਭਾਜੀ ਇੱਥੇ ਸਾਈਜ਼ ਸੂਈ ਸਾਰੇ ਮਿਲ ਜਾਂਦੇ ਹਰੇਕ ਦੇ ਲਈ ਸਾਰੇ ਮਿਲ ਜਾਓਗੇ ਤੁਹਾਨੂੰ ਉਹ ਸਾਈਜ਼ ਦੀ ਟੈਨਸ਼ਨ ਨਾ ਲਵੋ ਆ ਚੀਜ਼ ਚੈੱਕ ਕਰੋ ਜੀ ਆ ਲਓ ਜੀ ਜਿਹੜੇ ਤੁਹਾਨੂੰ ਦੁਬਈ ਮਾਲ ਦੇ ਵਿੱਚ ਜਾ ਕੇ ਕੱਪੜੇ ਲੈਣੇ ਪੈਣੇ ਆ ਕਹਿੰਦੇ ਸਾਡੇ ਕੋਲੋਂ ਸਾਰਾ ਸਮਾਨ ਮਿਲ ਜਾਂਦਾ ਹੈਗਾ ਆ ਵੀ ਇਹ ਤਾਂ ਬਹੁਤ ਐਕਸਪੈਂਸਿਵ ਚੀਜ਼ਾਂ ਤੁਸੀਂ ਦਿਖਾ ਰਹੇ ਹੋ ਮੈਂ ਕਿਹਾ ਐਕਸਪੈਂਸਿਵ ਕੋਈ ਨਹੀਂ ਹੈ ਉਸ ਦੇ ਰਿਲੇਟ ਬਹੁਤ ਜ਼ਿਆਦਾ ਸਸਤੀ ਹੈ ਜੀ ਇਹ ਕੋਈ ਐਕਸਪੈਂਸਿਵ ਨਹੀਂ ਹੈ ਜੀ ਇਹ ਮਤਲਬ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜੋ ਉੱਤੇ ਦੀ ਇੱਕਾ ਨਹੀਂ ਤੁਸੀਂ 10 ਲੈ ਜਾਓ ਤੁਸੀਂ ਉਹ ਟੀ-ਸ਼ਰਟ ਆ ਜੀ ਹੋਰ ਵੀ ਤੁਹਾਨੂੰ ਇਹਦੇ ਵਿੱਚ ਕਾਫੀ ਵੈਰਾਈਟੀ ਅਵੇਲੇਬਲ ਆ ਚੈੱਕ ਕਰੋ ਜੀ ਆਹ ਕਲਰ ਚੈੱਕ ਕਰੋ ਆਹ ਦੇਖੋ ਜੀ ਸੋ ਆਹ ਦੇਖੋ ਨਾ ਆਹ ਵੀ ਤੁਸੀਂ ਚੈੱਕ ਕਰ ਲਓ ਆ ਬਹੁਤ ਪਸੰਦ ਕਰਦੇ ਆ ਮੁੰਡੇ ਪੰਜਾਬ ਦੇ ਆਹ ਦੇਖੋ ਇੱਥੇ ਤੁਹਾਨੂੰ ਜਿਹੜੇ ਹਨ ਵੱਡੇ ਵੱਡੇ ਮਾਡਲ ਐਕਟਰ ਜਿਹੜੇ ਤੁਹਾਨੂੰ ਹਾਲੀਵੁੱਡ ਦੇ ਵਿੱਚ ਪਾਉਂਦੇ ਉਹੋ ਜਿਹੀਆਂ ਟੀ-ਸ਼ਰਟਾਂ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਭਾਜੀ ਟੀ-ਸ਼ਰਟਾਂ ਤੋਂ ਬਿਨਾ ਆਹ ਕੀ ਚੀਜ਼ ਹੈਗੀ ਜੀ ਇਹ ਜੀ ਆਪਣੇ ਕੋਲ ਨਿੱਕਰ ਸੂਟ ਆ ਜੀ ਆਹ ਦੇਖੋ ਨਿੱਕਰ ਸੂਟ 'ਚ ਵੀ ਚੈੱਕ ਕਰੋ ਇੱਕਦਮ ਸ਼ਰਟ ਵਿੱਚ ਨਿੱਕਰ ਸੂਟ ਆ ਦੇਖੋ ਜੀ ਆਹ ਜੀ ਚੈੱਕ ਕਰੋ ਭਾਜੀ ਸ਼ਰਟ ਦੇ ਵਿੱਚ ਵੀ ਨਿੱਕਰ ਸੂਟ ਆਉਂਦੇ ਆ ਹਾਂਜੀ ਹਾਂਜੀ ਸ਼ਰਟ ਵਿੱਚ ਵੀ ਨਿੱਕਰ ਸੂਟ ਆਉਂਦੇ ਆ ਸੋ ਬਈ ਮੈਂ ਤਾਂ ਟੀ-ਸ਼ਰਟ ਨਿੱਕਰ ਸੂਟ ਦੇ ਵਿੱਚ ਦੇਖਿਆ ਸੀ ਪਰ ਆ ਸ਼ਰਟ ਵੀ ਆ ਗਿਆ ਦੇਖੋ ਨਾ ਤੁਸੀਂ ਗੋਆ ਬੀਚ ਤੇ ਜਾਣਾ ਹੈਗਾ ਤੁਸੀਂ ਹੋਰ ਪਾਸੇ ਘੁੰਮ
ਬਾਹਰ ਜਾਣਾ ਹੋ ਬੀਚ ਗੋਆ ਵਗੈਰਾ ਤੇ ਜਗ੍ਹਾ ਜਾਣਾ ਹੋਵੇ ਆ ਦੇਖੋ ਨਾ ਨਾਲੇ ਇਹ ਸਿੰਪਲ ਦੇ ਵਿੱਚ ਨਹੀਂ ਇਹ ਤਾਂ ਜਿਵੇਂ ਹਨਾ ਹਾਲੀਵੁੱਡ ਦੇ ਵਿੱਚ ਜੋ ਹਨੀ ਸਿੰਘ ਉਹਨਾਂ ਨੇ ਪਾਈਆਂ ਹੁੰਦੀਆਂ ਉਹੋ ਜਿਹੀਆਂ ਤੁਹਾਨੂੰ ਅਸੀਂ ਸ਼ਰਟਾਂ ਦਿਖਾ ਰਹੇ ਹਾਂ ਜੋ ਨਾਰਮਲ ਤੁਹਾਨੂੰ ਕਿਤੇ ਉਹ ਮਿਲਣੀਆਂ ਨਹੀਂ ਹੈਗੀਆਂ ਦੇਖੋ ਨਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਲਓ ਕੱਪੜਾ ਵੀ ਚੈੱਕ ਕਰ ਲਓ ਹੋਰ ਪਾਸੇ ਤੁਸੀਂ ਜਾਓਗੇ ਤਾਂ ਇਹ ਸ਼ਰਟਾਂ ਦੀ ਕੀਮਤ ਤੁਸੀਂ ਆਨਲਾਈਨ ਚੈੱਕ ਕਰ ਲਿਓ 20-25 ਹਜ਼ਾਰ ਰੁਪਏ ਦੀ ਸ਼ਰਟ ਮਿਲਦੀ ਪਰ ਜਿਹੜਾ ਇੱਥੇ ਵਾਲਾ ਰੇਟ ਆ ਤੁਸੀਂ ਸੁਣ ਕੇ ਹੈਰਾਨ ਹੋਣਾ ਤੁਹਾਡੇ ਪੈਰਾਂ ਤੋਂ ਜ਼ਮੀਨ ਨਿਕਲ ਜਾਣੀ ਆ ਡਿਜ਼ਾਈਨ ਬਹੁਤ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਇਹ ਨਹੀਂ ਹੈਗੇ ਇਸ ਤੋਂ ਇਲਾਵਾ ਵੀ ਕਾਫੀ ਡਿਜ਼ਾਈਨ ਹੈ ਤੁਹਾਨੂੰ ਆ ਵੀ ਦਿਖਾਉਂਦੇ ਆ ਆਪਣੀ ਆਪ ਡਾਊਨ ਸ਼ੋਲਡਰ ਸ਼ਰਟ ਆਏਗਾ ਆ ਦੇਖੋ ਜੀ ਡਾਊਨ ਸ਼ੋਲਡਰ ਟੀ-ਸ਼ਰਟਸ ਵੀ ਹੁੰਦੀ ਸੀ ਸਾਡੇ ਕੋਲ ਡਾਊਨ ਸ਼ੋਲਡਰ ਸ਼ਰਟ ਵੀ ਅਵੇਲੇਬਲ ਹੈ ਆ ਦੇਖੋ ਨਾ ਹੈਰਾਨ ਹੁੰਦੇ ਹੋਣਾ ਜਿਹਨੇ ਪਹਿਲੀ ਵਾਰੀ ਆ ਡਾਊਨ ਸ਼ੋਲਡਰ ਸੁਣਿਆ ਹੋਣਾ ਨਾ ਅਸੀਂ ਤਾਂ ਮੇਰਾ ਦੇਖੀ ਉਹ ਤਾਂ ਪਹਿਲੀ ਵਾਰੀ ਆ ਇਹ ਆਮ ਦੁਕਾਨਾਂ ਤੇ ਤੁਹਾਨੂੰ ਮਿਲਣੀਆਂ ਨਹੀਂ BMS ਫੈਸ਼ਨ ਤੇ ਤੁਸੀਂ ਆਉਣਾ BMS ਫੈਸ਼ਨ ਦਾ ਨਾਮ ਇਸ ਲਈ ਮਸ਼ਹੂਰ ਆ ਇੱਥੇ ਤੁਹਾਨੂੰ ਉਹ ਚੀਜ਼ ਮਿਲਣੀ ਆ ਜਿਹੜੀ ਹੋਰ ਕਿਤੇੋਂ ਤੁਹਾਨੂੰ ਨਹੀਂ ਮਿਲਣੀ ਭਾਈ ਹਾਫ ਬਾਜੂ ਤੋਂ ਦੇਖੀ ਫੁੱਲ ਬਾਜੂ ਹੈਗੀ ਆ ਫੁੱਲ ਬਾਜੂ ਚ ਵੀ ਸਾਡੇ ਕੋਲ ਕਾਫੀ ਵੈਰਾਈਟੀ ਅਵੇਲੇਬਲ ਆ ਦੇਖੋ ਜੀ ਫੁੱਲ ਬਾਜੂ ਤੋਂ ਤੁਹਾਨੂੰ ਸ਼ਰਟ ਚੈੱਕ ਕਰਨੇ ਆ ਦੇਖੋ ਜੀ ਆਰਟੀਕਲਸ ਆਰਟੀਕਲ ਤੁਹਾਨੂੰ ਕਿੱਥੋਂ ਨਹੀਂ ਮਿਲਨੇ ਆ ਚੀਜ਼ਾਂ ਚੈੱਕ ਕਰੋ ਆ ਦੇਖੋ ਚੈੱਕ ਕਰੋ ਹੋਰ ਵੀ ਆਰਟੀਕਲ ਹੋਰ ਵੀ ਡਿਜ਼ਾਈਨ ਆ ਦੇਖੋ ਜੀ ਆਰਟੀਕਲ ਕਿੰਨੇ ਸੋਨੇ ਦੇ ਪਿਆਰੇ ਆਰਟੀਕਲਸ ਅਵੇਲੇਬਲ ਆ ਸਾਡੇ ਕੋਲ ਆ ਦੇਖੋ ਜੀ ਜਿਹੜੇ ਬਹੁਤ ਅਮੀਰ ਘਰਾਂ ਦੇ ਮੁੰਡੇ ਹੈਗੇ ਆ ਉਹਨਾਂ ਨੇ ਇਹੋ ਜਿਹੇ ਕੱਪੜੇ ਪਾਏ ਹੁੰਦੇ ਆ ਪਰ ਹੁਣ ਭਾਵੇਂ ਤੁਸੀਂ ਕਿਸੇ ਪਿੰਡ ਤੋਂ ਵੀ ਹੈਗੇ ਆ ਕਿਸੇ ਸ਼ਹਿਰ ਤੋਂ ਵੀ ਹੈਗੇ ਆ BMS ਫੈਸ਼ਨ ਨੇ ਤੁਹਾਡੇ ਲਈ ਲਗਜ਼ਰੀ ਕੱਪੜੇ ਲਿਆਂਦੇ ਆ ਤੁਸੀਂ ਵਿਜ਼ਿਟ ਕਰੋ BMS ਫੈਸ਼ਨ ਜਲੰਧਰ ਜਿੱਥੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਹੈਗੀਆਂ ਤੁਸੀਂ ਭਾਜੀ ਬਹੁਤ ਰੌਲਾ ਪਾ ਰਹੇ ਹੋ ਵੀ ਸਾਡੇ ਕੋਲ ਜਿਹਨੇ ਕੈਨੇਡਾ ਜਾਣਾ ਉਹ ਆ ਜਾਓ ਸਟੱਡੀ ਵੀਜ਼ੇ ਵਾਲੇ ਚਾਹੇ ਇੰਗਲੈਂਡ ਵਾਲੇ ਆ ਜਾਓ ਚਾਹੇ ਅਮਰੀਕਾ ਵਾਲੇ ਆ ਜਾਓ ਇੱਥੇ ਭਾਜੀ ਪੂਰੀ ਗਰਮੀ ਪੈਂਦੀ ਬਾਹਰ ਤਾਂ ਬਹੁਤ ਜਿਹੜੀ ਠੰਡ ਹੈਗੀ ਆ ਤੁਹਾਡੇ ਗਰਮੀ ਵਾਲੇ ਕੱਪੜੇ ਉਹ ਨਹੀਂ ਬਾਹਰ ਜਾ ਕੇ ਕਰਨੇ ਕੀ ਹੈਗੇ ਆ ਮੈਂ ਕਿਹਾ ਸਾਡੇ ਕੋਲ ਸਰਦੀਆਂ ਦੇ ਵੀ ਨਵੇਂ ਆਰਟੀਕਲ ਅਵੇਲੇਬਲ ਆ ਜਿੱਦਾਂ ਤੁਹਾਨੂੰ ਗਰਮੀਆਂ ਦੇ ਆਰਟੀਕਲ ਦਿਖਾਏ ਸਾਡੇ ਕੋਲ ਸਰਦੀਆਂ ਦੇ ਵੀ ਆਰਟੀਕਲ ਅਵੇਲੇਬਲ ਆ ਆਹ ਚੈੱਕ ਕਰੋ ਜੀ ਆਹ ਦੇਖੋ ਜੀ ਨਿਊ ਆਰਟੀਕਲਸ ਹੈ ਇਹਨੇ ਕਿ ਤੁਹਾਨੂੰ ਪੁਰਾਣੇ ਗੋਦਾਮ 'ਚ ਲਿਆ ਕੇ ਜੈਕਟਾਂ ਕੱਢ ਕੇ ਦਿਖਾਉਣੇ ਪਏ ਆ ਨਵੇਂ ਆਰਟੀਕਲ ਇੱਕਦਮ ਆਹ ਚੈੱਕ ਕਰੋ ਜੀ ਭਾਜੀ ਗਰਮੀਆਂ ਦੇ ਵਿੱਚ ਵੀ ਤੁਸੀਂ ਸਰਦੀਆਂ ਵਾਲੇ ਕੱਪੜੇ ਰੱਖੇ ਆ ਮੈਂ ਕਹਿੰਦਾ ਡਿਮਾਂਡ ਹੀ ਇੰਨੀ ਆ ਪੂਰੀ ਡਿਮਾਂਡ ਨੂੰ ਮੱਦੇ ਨੇ ਰੱਖਦੇ ਹੋਏ ਆਪਾਂ ਸਾਰਾ ਨਵਾਂ ਸਟਾਕ ਲਿਆਂਦਾ ਗਿਆ ਸਵਾਹ ਨਾ ਪੰਜਾਬ ਦੀ ਪਹਿਲੀ ਦੁਕਾਨ ਆ ਜਿੱਥੇ ਕਹਿੰਦੇ ਆ ਵੀ ਤੁਹਾਨੂੰ ਗਰਮੀਆਂ ਦੇ ਨਾਲ ਨਾਲ ਸਰਦੀਆਂ ਦੀਆਂ ਜੈਕਟਾਂ ਹੀ ਮਿਲਦੀਆਂ ਹੈਗੀਆਂ ਮੈਂ ਹੈਰਾਨ ਆ ਵੀ ਆ ਜੈਕਟ ਤੁਸੀਂ ਦੇਖ ਲਓ ਆਹ ਦੇਖੋ ਜੀ ਆਹ ਚੈੱਕ ਕਰੋ ਜੀ ਨਵੇਂ ਡਿਜ਼ਾਈਨ ਵਿੱਚ ਜੈਕਟਾਂ ਅਵੇਲੇਬਲ ਆ ਚੈੱਕ ਕਰੋ ਜੀ ਆ ਦੇਖੋ ਜਿੰਨੀ ਮਰਜ਼ੀ ਠੰਡ ਹੋਵੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਨਾ ਠੰਡ ਨਹੀਂ ਲੱਗਣ ਦੋਗੇ ਆ ਦੇਖੋ ਜੈਕਟਾਂ ਦੇ ਵਿੱਚ ਦੇਖੋ ਤੁਸੀਂ ਨਾ ਇਹਦੇ ਵਿੱਚ ਭਾਜੀ ਸਾਈਜ਼ ਸਾਰੇ ਮਿਲ ਜਾਂਦੇ ਆ ਕਿਸੇ ਦੇ ਸਾਰੇ ਡਬਲ ਐਕਸਲ 3 ਐਕਸਲ ਸਭ ਸਾਈਜ਼ ਮਿਲ ਜੂਗੇ ਉਹਦੇ ਵਿੱਚ ਤੁਹਾਨੂੰ ਜੈਕਟਾਂ ਤੋਂ ਇਲਾਵਾ ਹੋਰ ਵੀ ਜ਼ਿੱਪਰ ਤੁਹਾਨੂੰ ਦਿਖਾਈ ਆ ਦੇਖੋ ਚੈੱਕ ਕਰੋ ਜੀ ਜੀ ਜ਼ਿੱਪਰ ਵੀ ਹੁੱਡੀ ਜ਼ਿੱਪਰ ਵੀ ਅਵੇਲੇਬਲ ਆ ਚੈੱਕ ਕਰੋ ਜੀ ਆ ਦੇਖੋ ਕਿੰਨਾ ਬਿਲਕੁਲ ਸ਼ਾਨਦਾਰ ਆਰਟੀਕਲ ਆ ਵੀ ਚੈੱਕ ਕਰੋ ਔਰ ਕਾਫੀ ਆ ਦੇਖੋ ਕਿੰਨਾ ਹੈਂਗਿੰਗ ਚ ਪਿਆ ਸਾਡੇ ਕੋਲ ਸਮਾਨ ਵਿੰਟਰਸ ਦਾ ਤੁਸੀਂ ਇਹ ਨਾ ਜਿਹੜੀ ਮਰਜ਼ੀ ਸ਼ੋਰੂਮ ਤੇ ਚਲ ਜਾਓ ਕਿਸੇ ਕੋਲ ਵੀ ਤੁਹਾਨੂੰ ਸਰਦੀਆਂ ਵਾਲੇ ਕੱਪੜੇ ਨਹੀਂ ਮਿਲਣੇ ਜੇ ਕਿਸੇ ਕੋਲ 5-4 ਜੈਕਟਾਂ ਹੋਊਗੀਆਂ ਉਹਨੀ ਸਟੋਰ 'ਚ ਰੱਖ ਦਿਓਣੀਆਂ ਪਰ ਇੱਥੇ ਤੁਸੀਂ ਚਾਹੇ ਗਰਮੀਆਂ ਦੇ ਕੱਪੜੇ ਲੈ ਲਓ ਚਾਹੇ ਸਰਦੀਆਂ ਦੇ ਕੱਪੜੇ ਲੈ ਲਓ ਸਾਰੇ ਕੱਪੜੇ ਤੁਹਾਨੂੰ ਇੱਥੇ ਮਿਲ ਜਾਂਦੇ ਆ ਭਾਈ ਤੁਸੀਂ ਕਹਿੰਦੇ ਹੋ ਵੀ ਸਰਦੀਆਂ ਵਾਲੇ ਕੱਪੜੇ ਸਾਰੇ ਆ ਇਸ ਵੇਲੇ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਹੀ ਬੈਠਾ ਨਾ ਉਹ ਆਨਲਾਈਨ ਕੱਪੜਾ ਮੰਗਾ ਸਕਦਾ ਕੋਈ ਸਰਵਿਸ ਦਿੰਦੇ ਹੋ ਆਨਲਾਈਨ ਵੀ ਤੁਸੀਂ ਮੈਂ ਕਿਹਾ ਪੂਰੀ ਸਾਡੀ ਆਨਲਾਈਨ ਸਰਵਿਸ ਵੀ ਅਵੇਲੇਬਲ ਆ ਆ ਜਿੰਨੇ ਵੀ ਇੱਥੇ ਪੈਕਟ ਆ ਪਏ ਹੋਏ ਆ ਸਾਰੇ ਮਤਲਬ ਕਿ ਪੇਮੈਂਟ ਆ ਚੁੱਕੀ ਆ ਸਾਰੇ ਹੁਣ ਪੈਕ ਹੋਣੇ ਆ ਇਹ ਪੇਟੀਆਂ 'ਚ ਪੈਕ ਹੋਣੇ ਆ ਤੇ ਪਾਰਸਲ ਜਾਣੇ ਆ ਤੇ ਉਸ ਤੋਂ ਇਲਾਵਾ ਸਾਡੇ ਕੋਲ ਇੰਡੀਆ 'ਚ ਵੀ ਜਾਂਦੇ ਆ ਦੇਖੋ ਜੀ ਆ ਸਾਰੇ ਪਾਰਸਲ ਇੰਡੀਆ 'ਚ ਜਾ ਰਹੇ ਆ ਜੀ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖੋ ਆ ਹਰਿਆਣੇ 'ਚ ਜਾ ਰਿਹਾ ਹੈਗਾ ਆ ਆ ਤੁਸੀਂ ਚੈੱਕ ਕਰ ਲਓ ਵੱਖੋ ਵੱਖਰੇ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਨਾ ਆ ਦੇਖੋ ਆ ਮੁੰਬਈ ਜਾ ਰਿਹਾ ਮਤਲਬ ਬੰਬੇ ਤੱਕ ਵੀ ਜਲੰਧਰ ਤੋਂ BMS ਫੈਸ਼ਨ ਤੇ ਕੱਪੜਾ ਜਾ ਰਿਹਾ ਆ ਦਿੱਲੀ ਜਾ ਰਿਹਾ ਹੈਗਾ ਆ ਬੀਕਾਨੇਰ ਜਾ ਰਿਹਾ ਆ ਵੱਖੋ ਵੱਖਰੇ ਜਗ੍ਹਾ ਜਾ ਰਿਹਾ ਆ ਆ ਬਹੁਤ ਵੱਡੀਆਂ ਟੀਮਾਂ ਇੱਥੇ ਸਾਡੇ ਕੋਲ ਬੈਠੀਆਂ ਹੈਗੀਆਂ ਤੁਸੀਂ ਆਨਲਾਈਨ ਕੱਪੜਾ ਵੀ ਇੱਥੋਂ ਮੰਗਵਾ ਸਕਦੇ ਹੋ ਕੋਈ ਸਾਈਟ ਹੈਗੀ ਆ ਜਿਹਦੇ ਥਰੂ ਉਹ ਚੂਜ਼ ਕਰ ਲੈਣ ਜਾਂ ਕੋਈ ਵੀਡੀਓ ਕਾਲ ਦੀ ਸਰਵਿਸ ਕਿੱਦਾਂ ਉਹ ਤੁਹਾਨੂੰ ਸੰਪਰਕ ਕਰ ਸਕਦੇ ਆ ਸਾਡੇ ਇੰਸਟਾਗ੍ਰam ਤੇ ਪੇਜ ਹੈ ਅਪੈਰਲ BMS ਕਰਕੇ ਆ ਪੇਜ ਜੀ ਤੁਸੀਂ ਇਸ ਨੂੰ ਫੋਲੋ ਕਰੋ ਤੇ ਇਸ ਤੇ ਜੋ ਵੀ ਤੁਹਾਨੂੰ ਪਸੰਦ ਆਂਦਾ ਹੈ ਤੁਸੀਂ ਸਾਨੂੰ ਇਸ ਦਿੱਤੇ ਗਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਹੋ ਆ ਦੇਖੋ ਜੀ BMS ਫੈਸ਼ਨ ਦਾ ਨਾ ਆ ਤੁਸੀਂ ਸਾਰਾ ਚੈੱਕ ਕਰ ਲਓ ਆ ਪੇਜ ਤੇ ਹੁਣੇ ਚਲੇ ਜਾਓ ਇਹਨੂੰ ਫੋਲੋ ਕਰ ਲਓ ਤੁਸੀਂ ਫੋਲੋ ਕਰਕੇ ਇੱਥੇ ਆ ਜਾਓ ਤੁਹਾਡਾ ਹੋਰ ਵੀ ਇੱਥੇ ਇੱਜ਼ਤਮਾਨ ਕੀਤਾ ਜਾਣਾ ਤੇ ਦੂਜੀ ਗੱਲ ਆ ਦੇਖੋ ਰੋਜ਼ ਇੱਥੇ ਨਵੀਂ ਅਪਡੇਸ਼ਨ ਮਿਲਦੀ ਆ ਤੁਸੀਂ ਆਪਣੇ ਘਰ ਬੈਠੇ ਸਾਰੇ ਸਟੋਰ ਨੂੰ ਚੈੱਕ ਕਰ ਸਕਦੇ ਹੋ ਇੱਥੇ ਕੁੜੀਆਂ ਲਈ ਕੱਪੜੇ ਵੀ ਹੈਗੇ ਆ ਮੁੰਡਿਆਂ ਲਈ ਵੀ ਹੈਗੇ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਆ ਉਸ ਤੋਂ ਇਲਾਵਾ ਸਾਡੇ ਕੋਲ ਜੀਨਸ ਵਿੱਚ ਵੀ ਕਾਫੀ ਵੈਰਾਈਟੀ ਅਵੇਲੇਬਲ ਆ ਦੇਖੋ ਜੀ ਜੀਨ 'ਚ ਬੂਟ ਕੱਢ ਲਓ ਸਟੇਟ ਲਓ ਨੈਰੋ ਲਓ ਸਾਰੀ ਕੁਝ ਵਿੱਚ ਸਾਡੇ ਕੋਲ ਅਵੇਲੇਬਲ ਹੈ ਕਟਫਟ ਵਿੱਚ ਵੀ ਅਵੇਲੇਬਲ ਸਾਡੇ ਕੋਲ ਜੀਨ ਕਾਫੀ ਲਾਰਜ ਨੰਬਰ ਆਫ ਵੈਰਾਈਟੀ ਜੀਨ ਸਾਡੇ ਕੋਲ ਅਵੇਲੇਬਲ ਹੈ ਸੋ ਚਾਹੇ ਤੁਸੀਂ ਕਟੀਆਂ ਫੜੀਆਂ ਜੀਨ ਦੀਆਂ ਪੈਟਾਂ ਲੈ ਲਓ ਚਾਹੇ ਸਟ੍ਰੇਟ ਲੈ ਲਓ ਚਾਹੇ ਤੁਸੀਂ ਟੀਆਰ ਲੈ ਲਓ ਮਤਲਬ ਮੁੰਡਿਆਂ ਦੇ ਲਈ ਹੈ ਨਾ ਸ਼ੌਕੀਨ ਮੁੰਡਿਆਂ ਦੇ ਲਈ
ਤੇ ਜੋ ਵੱਖਰੀ ਵੈਰਾਈਟੀ ਉਹ ਸਿਰਫ ਤੁਹਾਨੂੰ ਮਿਲਣੀ ਹੈ BMS ਫੈਸ਼ਨ ਇਹੋ ਜਿਹੇ ਕੱਪੜੇ ਜਾਂ ਤੁਹਾਨੂੰ ਚੰਡੀਗੜ੍ਹ ਅਲੈਂਟੇ ਮਾਲ ਤੋਂ ਮਿਲਣੇ ਆ ਜਾਂ ਦਿੱਲੀ ਤੋਂ ਮਿਲਣੇ ਆ ਜਾਂ ਦੁਬਈ ਮਾਲ ਚੋਂ ਮਿਲਣੇ ਆ ਇਹੋ ਜਿਹੇ ਆਰਟੀਕਲ ਤੁਹਾਨੂੰ ਆਮ ਦੁਕਾਨਾਂ ਤੇ ਸ਼ੋਰੂਮਾਂ ਤੇ ਨਹੀਂ ਮਿਲਣੇ ਸੋ ਇੱਥੇ ਆ ਜਾਓ ਤੁਸੀਂ ਦਿੱਲੀ ਬੰਬੇ ਵਾਲੇ ਆਰਟੀਕਲ ਜਿਹੜੇ ਬਹੁਤ ਲਗਜ਼ਰੀ ਕੱਪੜੇ ਮਾਡਲ ਐਕਟਰ ਹੀਰੋਜ਼ ਪਾਉਂਦੇ ਆ ਉਹੋ ਜਿਹੇ ਕੱਪੜੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਸੋ ਆ ਦੇਖੋ ਨਾ ਇਦਾਂ ਦੇ ਤੁਸੀਂ ਘੜੀਆਂ ਬਹੁਤ ਅਮੀਰ ਲੋਕਾਂ ਦੇ ਗੋਟਾਂ ਤੇ ਲੱਗੀਆਂ ਦੇਖੀ ਹੋਣੀਆਂ ਜਾਂ ਤੁਸੀਂ ਫਿਲਮਾਂ 'ਚ ਦੇਖੀ ਹੋਣੀਆਂ ਜਾਂ ਤੁਸੀਂ ਵਧੀਆ ਗਾਣੇ ਜਿਹੜੇ ਪੰਜਾਬੀ ਗਾਣੇ ਰਾਇਲ ਆਉਂਦੇ ਉਹਨਾਂ ਵਿੱਚ ਦੇਖੇ ਹੋਣੀਆਂ ਪਰ ਇਹੋ ਜਿਹੀਆਂ ਚੀਜ਼ਾਂ ਭਾਜੀ ਇਦਾਂ ਦੀਆਂ ਚੀਜ਼ਾਂ ਵੀ ਮੁੰਡੇ ਪਸੰਦ ਕਰਦੇ ਤਾਂ ਬਹੁਤ ਲਗਜ਼ਰੀ ਤੇ ਮੇਲਾ ਤਾਂ ਮਹਿੰਗੀਆਂ ਵੀ ਚੀਜ਼ਾਂ ਹੋਣੀਆਂ ਹਾਂਜੀ ਸਾਡੇ ਕੋਲ ਵਾਚ ਕਲੈਕਸ਼ਨ 'ਚ ਬਹੁਤ ਵੈਰਾਈਟੀ ਪਈ ਆ ਦੇਖੋ ਸਾਰੀ ਵਾਚ ਕਲੈਕਸ਼ਨ ਹੀ ਸਾਡੇ ਕੋਲ ਪਈ ਹੋਈ ਕਿੰਨੀ ਸਾਡੇ ਕੋਲ ਕਲੈਕਸ਼ਨ ਅਵੇਲੇਬਲ ਹੈ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਮੈਂ ਗੱਲ ਕਰਾਂ ਬੈਲਟਾਂ ਦੀ ਸਾਡੇ ਕੋਲ ਬੈਲਟ ਵੀ ਅਵੇਲੇਬਲ ਆ ਦੇਖੋ ਬੈਲਟ ਦੇਖੋ ਚੈੱਕ ਕਰੋ ਜੀ ਆ ਚੈੱਕ ਕਰੋ ਜੀ ਠੀਕ ਹੈ ਜੀ ਉਸ ਵਿੱਚ ਵੀ ਅਲੱਗ-ਅਲੱਗ ਬ੍ਰਾਂਡ ਦੇ ਸਾਡੇ ਕੋਲ ਆਰਟੀਕਲ ਅਵੇਲੇਬਲ ਆ ਚੈੱਕ ਕਰੋ ਜੀ ਇਹਦੇ ਅੰਦਰ ਵੀ ਬੈਲਟ ਆ ਦੇਖੋ ਸੋ ਦੇਖੋ ਨਾ ਬੈਲਟ ਦੀ ਪੈਕਿੰਗ ਹੀ ਤੁਸੀਂ ਚੈੱਕ ਕਰ ਲਓ ਕਿੰਨੀ ਸੋਹਣੀ ਪੈਕਿੰਗ ਹੈਗੀ ਹੈ ਨਾ ਸੋ ਇਹੋ ਜਿਹੇ ਆਰਟੀਕਲ ਤੁਹਾਨੂੰ ਸਿਰਫ BMS ਫੈਸ਼ਨ ਦੇ ਮਿਲਣੇ ਇੱਥੇ ਬੈਲਟ ਇੱਕ ਤਰ੍ਹਾਂ ਦੀ ਨਹੀਂ ਇੱਥੇ ਬਹੁਤ ਤਰ੍ਹਾਂ ਦੀਆਂ ਤੁਹਾਨੂੰ ਵੱਖਰੇ ਵੱਖਰੇ ਆਰਟੀਕਲ ਮਿਲ ਜਾਣੇ ਹੈਗੇ ਆ ਭਾਜੀ ਐਨਕਾਂ ਹੈਗੀਆਂ ਬੈਗ ਹੈਗੇ ਉਹਨਾਂ ਵਿੱਚ ਵੀ ਹਿਊਜ ਵੈਰਾਈਟੀ ਹੈਗੀ ਆ ਕਾਫੀ ਸਾਡੇ ਕੋਲ ਵੈਰਾਈਟੀ ਅਵੇਲੇਬਲ ਹੈ ਜੋ ਮਤਲਬ ਕਿ ਤੁਹਾਨੂੰ ਇੱਥੇ ਬਾਹਰੋਂ ਮਿਲਣੀ ਹੈ ਵੈਰਾਈਟੀ ਉਹ ਸਾਰੀ ਤੁਹਾਨੂੰ ਇੱਥੇ ਵੈਰਾਈਟੀ ਅਵੇਲੇਬਲ ਮਿਲਣੀ ਆ ਦੇਖੋ ਜੀ ਇਸ ਤੋਂ ਇਲਾਵਾ ਜੇ ਕੋਈ ਮਤਲਬ ਕਹਿੰਦੇ ਕਿ ਬੈਗ ਲੈਣਾ ਚਾਹੁੰਦੇ ਆ ਬੈਗ ਵਿੱਚ ਵੀ ਸਾਡੇ ਕੋਲ ਵੈਰਾਈਟੀ ਅਵੇਲੇਬਲ ਹੈ ਸਾਡੇ ਕੋਲ ਜੇ ਲੇਡੀਜ਼ ਵਾਚ ਦੀ ਗੱਲ ਕਰੀਏ ਲੇਡੀਜ਼ ਵਾਚ ਵੀ ਸਾਡੇ ਕੋਲ ਅਵੇਲੇਬਲ ਹੈ ਤੇ ਲੇਡੀਜ਼ ਬੈਲਟ ਵੀ ਅਵੇਲੇਬਲ ਹੈ ਸਾਡੇ ਕੋਲ ਸਾਰੀ ਕਾਫੀ ਲਾਰਜ ਨੰਬਰ ਆਫ ਵੈਰਾਈਟੀ ਤੇ ਕਾਫੀ ਵੱਡੇ ਬ੍ਰਾਂਡ ਜੋ ਤੁਹਾਨੂੰ ਸਿਰਫ ਤੇ ਸਿਰਫ ਵੱਡੇ ਕੰਟਰੀਆਂ ਤੋਂ ਹੀ ਮਿਲਨੇ ਆ ਉਹ ਸਿਰਫ ਸਾਡੇ ਕੋਲ ਹੀ ਤੁਹਾਨੂੰ ਮਿਲੂਗੇ ਉਹ ਵੀ ਕਾਫੀ ਕਮ ਦਾਮਾਂ ਵਿੱਚ ਸੋ ਆ ਦੇਖੋ ਨਾ ਤੁਸੀਂ ਸ਼ੂ ਦੇ ਵਿੱਚ ਵੀ ਵੈਰਾਈਟੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਇਹੋ ਜਿਹੇ ਮਾਡਲ ਕਿਤੇੋਂ ਨਹੀਂ ਮਿਲਨੇ ਹੈਗੇ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਦੇਖੋ ਨਾ ਤੁਸੀਂ ਬਹੁਤ ਸਾਰੇ ਸਟੋਰਾਂ ਤੇ ਜਾਂਦੇ ਆ ਪਰ ਤੁਹਾਨੂੰ ਇਹੋ ਜਿਹੇ ਆਰਟੀਕਲ ਨਹੀਂ ਮਿਲਨੇ ਪਰ BMS ਫੈਸ਼ਨ ਤੇ ਆ ਜਾਓ ਦੇਖੋ ਸਾਰਾ ਕੁਝ ਚੈੱਕ ਕਰੋ ਨਾ ਤੁਹਾਨੂੰ ਅਸੀਂ ਲਗਜ਼ਰੀ ਚੀਜ਼ਾਂ ਬਹੁਤ ਟੌਪ ਚੀਜ਼ਾਂ ਦਿਖਾ ਰਹੇ ਆ ਸੋ ਸ਼ੂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਮਿਲਦੀ ਆ ਭਾਜੀ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲਦੇ ਹੋਰ ਹਾਂਜੀ ਇਹਦੇ ਵਿੱਚ ਵੀ ਕਾਫੀ ਅਲੱਗ-ਅਲੱਗ ਕਲਰ ਤੁਹਾਨੂੰ ਮਿਲ ਜਾਓਗੇ ਤੇ ਆ ਚੈੱਕ ਕਰੋ ਜੀ ਸ਼ੂਜ਼ ਦੇਖੋ ਜਿਦਾ ਤੁਹਾਨੂੰ ਆਪਾਂ ਕੱਪੜੇ ਵਿੱਚ ਵੈਰਾਈਟੀ ਦਿਖਾਈ ਹੈ ਸ਼ੂਜ਼ ਵਿੱਚ ਵੀ ਸਾਡੇ ਕੋਲ ਉਦਾਂ ਦੀ ਵੈਰਾਈਟੀ ਹੈ ਜੋ ਤੁਹਾਨੂੰ ਕਿਤੇ ਲੱਭਣੀ ਨਹੀਂ ਹੈਗੀ ਹੈ ਇਹ ਸਾਡਾ ਦਾਵਾ ਹੈ ਪੂਰਾ ਕਿ ਤੁਹਾਨੂੰ ਇਹ ਕਿਤੇ ਹੀ ਚੀਜ਼ਾਂ ਲੱਭਣੀ ਹੈ ਜੋ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਆ ਦੇਖੋ ਨਾ ਤੁਸੀਂ ਫਾਰਮਲ ਦੇ ਵਿੱਚ ਆ ਦੇਖੋ ਤੁਸੀਂ ਪਾਰਟੀ ਵੇਅਰ ਪੈਂਟਾਂ ਦੇ ਨਾਲ ਪਾਉਣੇ ਆ ਸ਼ੂ ਆ ਦੇਖੋ ਨਾ ਦੇਖ ਹੀ ਜਾਓ ਤੁਸੀਂ ਇਹੋ ਜਿਹੇ ਆਰਟੀਕਲ ਤੁਹਾਨੂੰ ਕਿਤੇੋਂ ਨਹੀਂ ਮਿਲਣੇ ਹੈਗੇ ਆ ਦੇਖੋ ਨਾ ਤੁਸੀਂ ਚਾਹੁੰਦੇ ਹੋ ਵੀ ਥੋੜੀ ਜਿਹੀ ਵੱਖਰੀ ਚੀਜ਼ਾਂ ਦੇਖੋ ਇਹ ਤੁਹਾਨੂੰ ਨਹੀਂ ਮਿਲਣੀ ਇੱਥੇ ਹੈ ਨਾ ਹਰ ਇੱਕ ਚੀਜ਼ ਦੂਜੀ ਗੱਲ ਚੈਲੰਜ ਦੀ ਗੱਲ ਇਹ ਹੈਗੀ ਵੀ ਤੁਹਾਨੂੰ ਆਪਾਂ ਪ੍ਰਾਈਸ ਦੀ ਗੱਲ ਕਰ ਲਈਏ ਰੇਟ ਨਹੀਂ ਇੱਥੇ ਜ਼ਿਆਦਾ ਹੈਗਾ ਰੇਟ ਬਹੁਤ ਘੱਟ ਹੈਗਾ ਸੋ ਜਿਹੜੇ ਸ਼ੌਕੀਨ ਮੁੰਡੇ ਆ ਤੁਸੀਂ ਇੱਥੇ ਆ ਜਾਓ ਜੇਕਰ ਇੱਥੇ ਆਓਗੇ ਤੁਹਾਡੇ ਹਰ ਇੱਕ ਚੁਆਇਸ ਦੀ ਚੀਜ਼ ਤੁਹਾਨੂੰ ਇੱਥੇ ਮਿਲ ਜਾਣੀ ਹੈ ਦੇਖੋ ਬਹੁਤ ਸਾਰੀ ਇੱਥੇ ਹੋਰ ਵੀ ਮਾਡਲ ਇੱਥੇ ਮਿਲ ਜਾਂਦੇ ਹੈਗੇ ਆ ਤੁਹਾਨੂੰ ਸਾਈਜ਼ ਹਰ ਇੱਕ ਤਰ੍ਹਾਂ ਦੇ ਮਿਲ ਜਾਣੇ ਹੈਗੇ ਆ ਜਿੱਦਾਂ ਦੀ ਤੁਹਾਨੂੰ ਚੀਜ਼ ਚਾਹੀਦੀ ਉਦਾਂ ਹੀ ਮਿਲ ਜਾਂਦੀ ਦੇਖੋ ਨਾ ਆ ਦੇਖੋ ਭਾਜੀ ਪਸੰਦ ਕਰ ਰਹੇ ਇੱਦਾਂ ਦੀਆਂ ਆਰਟੀਕਲ ਮੁੰਡੇ ਹਾਂਜੀ ਬਹੁਤ ਪਸੰਦ ਕਰ ਰਹੇ ਜੀ ਇੱਦਾਂ ਦੇ ਆਰਟੀਕਲ ਮਤਲਬ ਕਿ ਸਾਡੇ ਕੋਲ ਕਾਫੀ ਵੈਰਾਈਟੀ ਪਈ ਹੋਈ ਹੈ ਤੇ ਜਿੱਦਾਂ ਜਿਹੜਾ ਕਸਟਮਰ ਦੀ ਚੁਆਇਸ ਆ ਉਦਾਂ ਦਾ ਸਾਡੇ ਕੋਲ ਆਰਟੀਕਲ ਸਾਰੇ ਅਵੇਲੇਬਲ ਆ ਆ ਚੈੱਕ ਕਰੋ ਜੀ ਆ ਵੀ ਚੈੱਕ ਕਰੋ ਨਾ ਤੁਸੀਂ ਦੇਖੋ ਸੋ ਇਹੋ ਜਿਹੇ ਆਰਟੀਕਲ ਜੇ ਤੁਸੀਂ ਲੈਣਾ ਚਾਹੁੰਦੇ ਆ ਹੋਰ ਬਹੁਤ ਸਾਰੇ ਇੱਥੇ ਚੀਜ਼ਾਂ ਹੈਗੀਆਂ ਤੁਸੀਂ BMS ਫੈਸ਼ਨ ਜਲੰਧਰ ਆ ਜਾਓ ਕੋਈ ਹੋਰ ਜਾਣਕਾਰੀ ਵੀ ਲੈਣੀ ਹੈ ਤਾਂ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇੱਥੇ ਫੋਨ ਕਰਕੇ ਗੱਲ ਕਰ ਸਕਦੇ ਆ ਜੇ ਤੁਸੀਂ ਕੁੜੀਆਂ ਦੇ ਲਈ ਸ਼ੂ ਲੈਣੇ ਹੈਗੇ ਆ ਨਾ ਤੁਸੀਂ ਹੀਲਸ ਲੈਣੀਆਂ ਬੈਲੀ ਲੈਣੀਆਂ ਹੈਗੀਆਂ ਤੁਸੀਂ ਕੈਜੂਅਲਸ ਲੈਣੇ ਆ ਫਾਰਮਲ ਲੈਣੇ ਆ ਸਪੋਰਟਸ ਸ਼ੂਜ਼ ਲੈਣੇ ਆ ਤੁਸੀਂ ਪਾਰਟੀ ਵੇਅਰ ਲੈਣੇ ਆ ਤੁਸੀਂ ਕਿਤੇ ਬਾਹਰ ਜਾਣਾ ਹੈਗਾ ਘੁੰਮਣ ਫਿਰਨ ਹੈ ਨਾ ਤੁਹਾਨੂੰ ਲੱਗਦਾ ਵੀ ਤੁਸੀਂ ਇਹੋ ਜਿਹੇ ਵੀ ਚੀਜ਼ਾਂ ਲੈਣੀਆਂ ਉੱਚੀ ਅੱਡੀ ਵਾਲੀਆਂ ਨਾ ਸੋ ਆ ਦੇਖੋ ਇਹ ਹਰ ਇੱਕ ਚੀਜ਼ ਤੁਹਾਨੂੰ ਇੱਕੋ ਆ ਸਲੀਪਰਸ ਲੈਣੇ ਆ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਨਾ ਬੈਗ ਲੈਣੇ ਹੈਗੇ ਦੇਖੋ ਬੈਗ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਬਹੁਤ ਸਾਰੇ ਬ੍ਰਾਂਡ ਬਹੁਤ ਸਾਰੀਆਂ ਵੱਖੋ ਵੱਖਰੀਆਂ ਚੀਜ਼ਾਂ ਆਰਟੀਕਲ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਸੋ ਮਤਲਬ BMS ਫੈਸ਼ਨ ਦੇ ਇੱਕੋ ਹੀ ਛੱਤ ਹੇਠਾਂ ਕੁੜੀਆਂ ਮੁੰਡਿਆਂ ਲਈ ਤੁਹਾਨੂੰ ਬਹੁਤ ਟੌਪ ਟੌਪ ਦੀਆਂ ਚੀਜ਼ਾਂ ਇੱਥੇ ਮਿਲ ਜਾਂਦੀਆਂ ਸੋ ਆ ਦੇਖੋ ਨਾ ਤੁਹਾਡੇ ਵੀਜ਼ੇ ਲੱਗ ਗਿਆ ਤੁਸੀਂ ਬਾਹਰਲੇ ਮੁਲਕਾਂ ਜਾਂਦੇ ਤੁਹਾਨੂੰ ਟਰੈਵਲ ਬੈਗ ਦੀ ਬੜੀ ਲੋੜ ਪੈਂਦੀ ਹੈ ਦੇਖੋ ਨਾ ਟਰੈਵਲ ਬੈਗ ਵੀ ਤੁਹਾਨੂੰ ਦੇਖੋ ਕਿੰਨੇ ਲਗਜ਼ਰੀ ਅਸੀਂ ਦਿਖਾ ਰਹੇ ਹਾਂ ਜਾਂ ਤੁਸੀਂ ਹੌਲੀਡੇ ਜਾਣਾ ਹੈਗਾ ਕਿਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਤੇ ਆ ਤੁਸੀਂ ਟਰੈਵਲ ਬੈਗ ਵੀ ਤੋਂ ਲੈ ਕੇ ਜਾ ਸਕਦੇ ਤੁਹਾਨੂੰ ਇੱਥੇ ਛੋਟੇ ਸਾਈਜ਼ ਵੀ ਮਿਲ ਜਾਂਦੇ ਆ ਵੱਡੇ ਸਾਈਜ਼ ਵੀ ਮਿਲ ਜਾਂਦੇ ਮਤਲਬ ਆ ਦੇਖੋ ਨਾ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਅਸੀਂ ਕੁਆਲਿਟੀ ਦੇਣੀ ਆ ਸੋ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕੁੜੀਆਂ ਦੇ ਲਈ ਵੀ ਹੈ ਨਾ ਆ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਦਿੱਲੀ ਬੰਬੇ ਵਾਲੇ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਕੁੜੀਆਂ ਦੇ ਲਈ ਵੀ ਟੌਪ ਤੁਸੀਂ ਲੈ ਲਓ ਇੱਥੋਂ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਤੁਸੀਂ ਟਰੈਕ ਸੂਟ ਲੈਣੇ ਟੀ ਸ਼ਰਟਾਂ ਲੈਣੀਆਂ ਤੁਸੀਂ ਲੈਣੀਆਂ ਹੈਗੀਆਂ ਇੱਥੋਂ ਡਰੈਸਸ ਲੈਣੀਆਂ ਹਰ ਇੱਕ ਵੈਰਾਈਟੀ ਤੁਹਾਨੂੰ ਇੱਥੇ ਮਿਲ ਜਾਂਦੀ ਆ ਸੋ ਕੁੜੀਆਂ ਲਈ ਵੀ ਸਾਰਾ ਕੱਪੜੇ ਦੇ ਵਿੱਚ ਮਿਲ ਜਾਂਦਾ ਜੀ ਹਾਂਜੀ ਸਭ ਕੁਝ ਅਵੇਲੇਬਲ ਹੈ ਜਿੱਦਾਂ ਤੁਹਾਨੂੰ ਉੱਪਰ ਮੁੰਡਿਆਂ ਦਾ ਦਿਖਾਇਆ ਤੇ ਲੇਡੀਜ਼ ਵਿੱਚ ਵੀ ਸਾਡੇ ਕੋਲ ਇਦਾਂ ਦੀ ਸਾਰੀ ਵੈਰਾਈਟੀ ਅਵੇਲੇਬਲ ਹੈ